ਚੱਲ ਵੀ ਸ਼ਾਬਾਸ਼ ਜੱਗਾ ਪਹਿਲਵਾਨ ਸਰਫ ਕੋਟ ਜ਼ੋਰ ਲਾਉਣਗੇ ਭਾਰ ਨੂੰ ਅਤੇ ਅੱਜ ਥੋੜ੍ਹੀ ਪ੍ਰੋਗਰੈਸ ਦਿਖਾਈ ਜਾਵੇਗੀ। 10 ਕਿਲੋ ਨਾਲ ਲੱਗ ਗਿਆ ਵਾ, 16 ਕਿਲੋ 17 ਇੱਕ ਦਿਨ ਚੁੱਕਿਆ ਇਹ ਨਾਲ ਬੰਨ ਕੇ। 8 ਕਿਲੋ ਦੀ ਆ ਲੋਹੇ ਦੀ ਪਲੇਟ, ਇਹ ਹੁਣ ਲਾਵਾਂਗੇ ਬਾਅਦ 'ਚੋਂ ਅਤੇ ਬਾਬੂੜਾ ਸਾਹਿਬ ਕਿਰਪਾ ਕਰੇਗਾ ਮਹਾਰਾਜ। ਹਾਂਜੀ ਭਲਵਾਨ ਜੀ ਕਿੱਦਾਂ ਤਿਆਰੀ ਆ? ਚੜ੍ਹਦੀ ਕਲਾ ਕਿਰਪਾ ਮਾਲਕ ਦੀ। ਹਾਂਜੀ ਚਲੋ ਵਧੀਆ ਵਧੀਆ, ਤੁਹਾਡੇ ਸਾਹਮਣੇ ਲਾਉਣ ਲੱਗੇ। ਬੈਸਟ ਆਫ ਲੱਕ। ਓਕੇ ਸਰ। ਇਹ ਆਪਣਾ ਵੀਰ ਡੋਗਰਾਂ ਤੋਂ ਆ, ਮਤਲਬ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਭਾਰ ਚੁੱਕਣ ਦੇ ਵਿੱਚ, ਕਿਉਂ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ, ਇਕੱਲਾ ਬੰਦਾ ਇਹ ਕੁਛ ਨਹੀਂ ਕਰ ਸਕਦਾ, ਬੁਰਜੀ ਖੜੀ ਖੜੀ ਵੀ ਨਹੀਂ ਕਰ ਸਕਦਾ। ਅਤੇ ਬਹੁਤ ਵਧੀਆ ਅੱਗੇ ਜਾਵਾ, ਉਂਗਲ ਪਿੱਛੇ ਕਰ ਲਾ। ਹਾਂ ਠੀਕ ਚੱਲਾਂਗੇ। ਕੱਟਦਾ